ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬ ਦੇ ਮਸ਼ਹੂਰ ਗਾਇਕ ਕਮਰ ਗਰੇਵਾਲ ਦੀ ਗੱਲ ਕਰੀਏ ਉਹਨਾਂ ਦੇ ਘਰ ਇਨਕਮ ਟੈਕਸ ਦੀ ਰੇਡ ਹੋਈ ਹੈ ਇਸ ਵੇਲੇ ਅਸੀਂ ਉਹਨਾਂ ਦੇ ਉਸ ਸੁਸਾਇਟੀ ਦੇ ਬਾਹਰ ਖੜੇ ਹਾਂ ਜਿੱਥੇ ਕਮਰ ਗਰੇਵਾਲ ਦੀ ਰਿਹਾਇਸ਼ ਹੈ اسی ਸੁਸਾਇਟੀ ਦੇ ਵਿੱਚ ਯਾਨੀ ਮੁਹਾਲੀ ਦਾ 104 ਸੈਕਟਰ ਜਿਸ ਦੇ ਵਿੱਚ ਕਮਰ ਗਰੇਵਾਲ ਦੀ ਰਿਹਾਇਸ਼ ਹੈ اسی ਰਿਹਾਇਸ਼ ਦੇ ਵਿੱਚ ਤਕਰੀਬਨ 10 ਵਜੇ ਦੇ ਆਸ-ਪਾਸ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਪਹੁੰਚੀਆਂ ਸੀ ਤਕਰੀਬਨ 7 ਤੋਂ 8 ਗੱਡੀਆਂ ਦੇ ਵਿੱਚ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਇੱਥੇ ਪਹੁੰਚੀਆਂ ਸੀ ਜਿਸ ਤੋਂ ਬਾਅਦ ਰੇਡ ਦਾ ਸਿਲਸਿਲਾ ਉਹ ਸ਼ੁਰੂ ਹੋ ਗਿਆ ਕਮਰਗਰੇਵਾਲ ਦੇ ਫਲੈਟ ਦੇ ਵਿੱਚ ਰੇਡ ਜਿਹੜੀ ਆ ਕੀਤੀ ਜਾ ਰਹੀ ਹੈ ਔਰ ਸਿੱਧੇ ਤੌਰ ਤੇ ਇਨਕਮ ਨੂੰ ਲੈ ਕੇ ਇਨਕਮ ਆਫ ਸੋਰਸ ਨੂੰ ਲੈ ਕੇ ਤਫ਼ਤੀਸ਼ ਜਿਹੜੀ ਹੈ ਲਗਾਤਾਰ ਜਾ ਰਹੀ ਹੈ ਜਿਸ ਢੰਗ ਦੇ ਨਾਲ तकरीबन 10 ਵਜੇ ਦੇ ਆਸ-ਪਾਸ ਰੇਡ ਸ਼ੁਰੂ ਹੋ ਗਈ ਸੀ ਔਰ ਬਾਹਰਲੇ ਜਿਹੜੇ ਸ਼ੋਅ ਨੇ ਉਹਨਾਂ ਨੂੰ ਲੈ ਕੇ ਵੇਰਵਾ ਲਿੱਤਾ ਜਾ ਰਿਹਾ ਹੈ ਕਮਰਗਰੇਵਾਲ ਤੋਂ ਕਿ ਬਾਹਰ ਜਿਹੜੇ ਉਹਨਾਂ ਨੇ ਸ਼ੋਅ ਲਾਏ ਉਸ ਦੇ ਵਿੱਚ ਉਹਨਾਂ ਨੂੰ ਕਿੰਨੀ ਇਨਕਮ ਹੋਈ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਇਹ ਵੱਖ-ਵੱਖ ਥਾਵਾਂ ਤੇ ਜਿਹੜੇ ਉਹਨਾਂ ਨੂੰ ਸ਼ੋਅ ਲਾਏ ਗਏ ਉਹਨਾਂ ਦੀ ਤਰਫੋਂ ਉਸ ਦੇ ਵਿੱਚ ਕਿਸ ਢੰਗ ਦੀ ਇਨਕਮ ਹੁੰਦੀ ਹੋਈ ਨਜ਼ਰ ਆ ਰਹੀ ਹੈ ਦੱਸਣਾ ਵੀ ਚਾਹਾਂਗੇ ਕਿ ਜਿਸ ਢੰਗ ਦੇ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਉਸ ਤੋਂ ਬਾਅਦ ਇਨਕਮ ਟੈਕਸ ਦੀ ਗੱਲ ਕਰੀਏ ਜਾਂ ਫਿਰ ਐਨਆਈਏ ਦੀ ਗੱਲ ਕਰੀਏ ਲਗਾਤਾਰ ਐਕਟਿਵ ਨਜ਼ਰ ਆ ਰਹੀਆਂ ਨੇ ਦੋਨੇ ਹੀ ਏਜੰਸੀਆਂ ਦੋਨੋਂ ਏਜੰਸੀਆਂ ਵਕਫਕ ਥਾਵਾਂ ਦੇ ਉੱਪਰ ਸਿੰਗਰਾਂ ਤੋਂ ਪੁੱਛਗਿੱਛ ਵੀ ਕਰਦੀਆਂ ਨਜ਼ਰ ਆ ਰਹੀਆਂ ਨੇ ਇਸ ਦੇ ਨਾਲ ਹੀ ਉਹਨਾਂ ਦੇ ਘਰਾਂ ਦੇ ਉੱਪਰ ਰੇਡ ਵੀ ਕੀਤੀ ਜਾ ਰਹੀ ਹੈ ਔਰ ਵਿਦੇਸ਼ਾਂ ਦੇ ਵਿੱਚ ਖਾਸ ਕਰਕੇ ਜਿਹੜੇ ਸ਼ੋਅ ਲੱਗ ਰਹੇ ਨੇ ਉਸ ਦਾ ਜਿਸ ਢੰਗ ਦੇ ਨਾਲ ਵੇਰਵਾ ਲਿੱਤਾ ਜਾ ਰਿਹਾ ਉਸੇ ਕੜੀ ਦੇ ਵਿੱਚ ਅੱਜ ਦੀ ਇਸ ਇਨਕਮ ਟੈਕਸ ਦੀ ਰੇਡ ਨੂੰ ਵੀ ਵੇਖਿਆ ਜਾ ਰਿਹਾ ਕਿਉਂਕਿ ਇਨਕਮ ਟੈਕਸ ਦੀ ਜਿਹੜੀਆਂ ਟੀਮਾਂ ਨੇ ਉਹ ਜਿਹੜੇ ਕਹ ਸਕਦੇ ਆ ਕਿ ਦਸਤਾਵੇਜ਼ ਖਗਾਲਦੀਆਂ ਨਜ਼ਰ ਆ ਰਹੀਆਂ ਨੇ ਉਸ ਦੇ ਵਿੱਚ ਕਵਰ ਗਰੇਵਾਲ ਦੇ ਟਰਨਓਵਰ ਦੀ ਜਾਣਕਾਰੀ ਮੰਗੀ ਜਾ ਰਹੀ ਹੈ ਕਿ ਸਾਲ ਦੇ ਵਿੱਚ ਉਹਨਾਂ ਦਾ ਕਿੰਨਾ ਟਰਨਓਵਰ ਹੈ ਆ ਜਾਣਕਾਰੀ ਮੰਗੀ ਜਾ ਰਹੀ ਹੈ ਕਿ ਇਨਕਮ ਆਫ ਸੋਰਸ ਹੋਰ ਕੀ ਕੀ ਨੇ ਉਹਨਾਂ ਦੇ ਇਸ ਤੋਂ ਇਲਾਵਾ ਕਿੰਨੀ ਪ੍ਰਾਪਰਟੀ ਕਵਰ ਗਰੇਵਾਲ ਦੇ ਨਾਮ ਤੇ ਹੈ ਕਿੱਥੇ ਕਿੱਥੇ ਉਹਨਾਂ ਦੀ ਪ੍ਰਾਪਰਟੀ ਹੈ ਜਿਸ ਢੰਗ ਦੇ ਨਾਲ ਸਾਨੂੰ ਵੀ ਜਿਹੜੀ ਜਾਣਕਾਰੀ ਮਿਲ ਪਾਰੀ ਹੈ ਕਿ ਆ ਜਿਹੜਾ ਟਾਵਰ ਜਿਹੜੀ ਸੋਸਾਇਟੀ ਦੇ ਬਾਹਰ ਅਸੀਂ ਖੜੇ ਆ ਇਸ ਟਾਵਰ ਦੇ ਵਿੱਚ ਵੀ ਕਮਰਗਰੇਵਾਲ ਦੇ ਦੋ ਫਲੈਟ ਨੇ ਤੇ ਦੋਨੋਂ ਫਲੈਟਾਂ ਦੇ ਵਿੱਚ ਇਨਕਮ ਟੈਕਸ ਦੀ ਟੀਮ ਜਿਹੜੀ ਆ ਉਹ ਮੌਜੂਦ ਹੈ ਔਰ ਲਗਾਤਾਰ ਪੁੱਛਗਿੱਛ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ جاری ਹੈ ਔਰ ਜਿਸ ਤਰ੍ਹਾਂ ਦੇ ਨਾਲ ਕੱਲੇ ਕਮਰਗਰੇਵਾਂ ਨਹੀਂ ਬਲਕਿ ਪੰਜਾਬ ਦੇ ਇੱਕ ਹੋਰ ਨਾਮੀ ਸਿੰਗਰ ਦੇ ਘਰ ਵੀ ਇਸੇ ਤਰ੍ਹਾਂ ਦੇ ਨਾਲ ਰੇਡ ਦਾ ਸਿਲਸਿਲਾ جاری ਹੈ ਜਿਹੜੀ ਇਨਕਮ ਟੈਕਸ ਏਜੰਸੀ ਹੈ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਦੇ ਵਿੱਚ ਐਕਟਿਵ ਨਜ਼ਰ ਆ ਰਹੀ ਹੈ ਪਿਛਲੇ ਕਾਫੀ ਦਿਨਾਂ ਤੋਂ ਵੱਡੇ ਬਿਜ਼ਨਸਮੈਨਾਂ ਦੀ ਗੱਲ ਕਰੀਏ ਰੀਅਲ ਏਸਟੇਟ ਨਾਲ ਜੁੜ ਕਰੀਏ ਜਾਂ ਫਿਰ ਅਸੀਂ ਗੱਲ ਕਰੀਏ ਪੋਲੀਟਿਸ਼ਨਾਂ ਦੀ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਔਰ ਅੱਜ ਕਮਰ ਗਰੇਵਾਲ ਦੇ ਘਰ ਜਿਹੜੀ ਰੇਡ ਹੋਈ ਹੈ ਇਨਕਮ ਟੈਕਸ ਦੀ ਰੇਡ ਹੋਈ ਹੈ ਤਕਰੀਬਨ ਉਸ ਦੇ ਵਿੱਚ ਵੀ ਦਸਤਾਵੇਜ਼ ਜਟਾਉਣ ਦੀ ਹਰ ਸੰਭਵ ਕੋਸ਼ਿਸ਼ ਜਿਹੜੀ ਹੈ ਉਹ ਇਨਕਮ ਟੈਕਸ ਦੀ ਟੀਮ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਜਿਹੜੀ ਜਾਣਕਾਰੀ ਮਿਲੀ ਹੈ ਕਿ ਸਵੇਰੇ 10 ਵਜੇ ਹੀ ਟੀਮਾਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕੀਆਂ ਸੀ ਸਵੇਰੇ 10 ਵਜੇ ਤਕਰੀਬਨ 7 ਤੋਂ 8 ਗੱਡੀਆਂ ਦੇ ਵਿੱਚ ਯਾਨੀ 20 ਤੋਂ 25 ਮੈਂਬਰ ਜਿਹੜੇ ਨੇ ਇਨ ਟੀਮਾਂ ਦਾ ਹਿੱਸਾ ਨੇ ਔਰ 20 ਗਰੇਵਾਲ ਦੀ ਪ੍ਰਾਪਰਟੀ ਨੂੰ ਲੈ ਕੇ ਵੇਰਵਾ ਲੈਂਦੇ ਹੋਏ ਨਜ਼ਰ ਆ ਰਹੇ ਨੇ ਕਿ ਪ੍ਰਾਪਰਟੀ ਕਿੱਥੇ ਕਿੱਥੇ ਆ ਕਿੱਥੇ ਕਿੱਥੇ ਇਨਕਮ ਆਫ ਸੋਰਸ ਹੈ ਉਹ ਜਿਸ ਢੰਗ ਦੇ ਨਾਲ ਪਿਛਲੇ ਕਾਫੀ ਦਿਨਾਂ ਤੋਂ ਕਈ ਸਿੰਗਰ ਜਿਹੜੇ ਨੇ ਉਹ ਏਜੰਸੀਆਂ ਦੇ ਰਡਾਰ ਤੇ ਚਲੇ ਆ ਰਹੇ ਨੇ ਤੇ ਉਹਨ ਸਿੰਗਰਾਂ ਨੂੰ ਲੈ ਕੇ ਵਡੀਆਂ ਅਪਡੇਟਸ ਜਿਹੜੀਆਂ ਨੇ ਉਹ ਲਗਾਤਾਰ ਬਾਰ ਆ ਰਹੀਆਂ ਨੇ ਤੁਹਾਨੂੰ ਤਸਵੀਰਾਂ ਜ਼ਰੂਰ ਵਿਖਾ ਰਹੇ ਹਾਲਾਂਕਿ ਮੀਡੀਆ ਨੂੰ ਜਿਹੜਾ ਦੂਰ ਰੱਖਿਆ ਗਿਆ ਸੋਸਾਇਟੀ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਲੇਕਿਨ ਅੰਦਰ ਰੇਡ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਜਾ ਰਹੀ ਹੈ ਹਾਲਾਂਕਿ ਵੇਖਣ ਵਾਲੀ ਗੱਲ ਰਹੇਗੀ ਕਿ ਰੇਡ ਕਦੋਂ ਮੁਕੰਮਲ ਹੁੰਦੀ ਹੈ ਔਰ ਰੇਡ ਤੋਂ ਬਾਅਦ ਇਨਕਮ ਟੈਕਸ ਦੀ ਟੀਮ ਜਿਹੜੀ ਹੈ ਉਹ ਇਸ ਰੇਡ ਬਾਰੇ ਕੀ ਕੁਝ ਜਾਣਕਾਰੀ ਦਿੰਦੀ ਹੋਈ ਨਜ਼ਰ ਆਊਗੀ ਕਿਸ ਢੰਗ ਦੇ ਪ੍ਰੈਸ ਨੋਟ ਜਿਹੜੇ ਨੇ ਉਹ ਜਾਰੀ ਹੁੰਦੇ ਹੋਏ ਨਜ਼ਰ ਆਣਗੇ ਲੇਕਿਨ ਤਸਵੀਰਾਂ ਜ਼ਰੂਰ ਵਿਖਾ ਦਿੰਨੇ ਆ ਇਸ ਵੇਲੇ ਅਸੀਂ ਉਸੇ ਸਾਈਟ ਸੋਸਾਇਟੀ ਦੇ ਬਾਹਰ ਮੌਜੂਦ ਆ ਜਿੱਥੇ ਇਸ ਵਕਤ ਰੇਡ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਸੀ ਕਿ ਸਿੱਧੂ ਮੂਸੇਵਾਲਾ ਦਾ ਜਦੋਂ ਕਤਰਫ ਹੋਇਆ ਤੇ ਉਸ ਤੋਂ ਬਾਅਦ ਜਿਸ ਢੰਗ ਦੇ ਨਾਲ ਐਨਆਈਏ ਦੀ ਗੱਲ ਕਰੀ ਐ ਐਨਆਈਏ ਦੀ ਤਰਫੋਂ ਵਕਫ-ਵਕ ਚਿੰਗਰਾ ਤੋਂ ਪੁੱਛਗਿੱਛ ਕੀਤੀ ਗਈ ਸੀ ਐਨਆਈਏ ਜਿਹੜੀ ਹੈ ਵਕਫ-ਵਕ ਥਾਵਾਂ ਦੇ ਉੱਪਰ ਇਨਕਮ ਟੈਕਸ ਏਜੰਸੀ ਜਿਹੜੀ ਹੈ ਉਹ ਜਿਸ ਢੰਗ ਦੇ ਨਾਲ ਵਿਦੇਸ਼ਾਂ ਦੇ ਵਿੱਚ ਜਿਹੜੇ ਸ਼ੋਅ ਲਾਏ ਜਾਂਦੇ ਨੇ ਸਿੰਗਰਾਂ ਦੀ ਤਰਫੋਂ ਉਹਨਾਂ ਦਾ ਵੇਰਵਾ ਜਿਹੜਾ ਉਹ ਜਟਾਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ ਕਿ ਵੇਰਵਾ ਲਿੱਤਾ ਜਾਏ ਕਿ ਸਿੰਗਰਾਂ ਨੂੰ ਕਿੰਨੀਆਂ ਕੋ ਇਨਕਮ ਹੁੰਦੀਆਂ ਨੇ ਕਿੱਥੇ ਕਿੱਥੇ ਉਹਨਾਂ ਦੇ ਸ਼ੋਅ ਲੱਗਦੇ ਨੇ ਕੌਣ ਉਹਨਾਂ ਦੇ ਸ਼ੋਅ ਨੂੰ ਸਪான்ਸਰ ਕਰਦਾ ਹੈ ਸਾਰੀ ਜਾਣਕਾਰੀਆਂ ਲਿੱਤੀਆਂ ਜਾ ਰਹੀਆਂ ਨੇ ਸਾਰੀਆਂ ਜਾਣਕਾਰੀਆਂ ਤੋਂ ਬਾਅਦ ਸਿੱਧੇ ਤੌਰ ਤੇ ਇੱਕ ਪ੍ਰੋਪਰ ਵੇਰਵਾ ਤਿਆਰ ਕੀਤਾ ਜਾਊਗਾ ਉਸ ਤੋਂ ਬਾਅਦ ਇਨਕਮ ਟੈਕਸ ਡਿਪਾਰਟਮੈਂਟ ਦੀ ਟੀਮ ਜਿਹੜੀ ਹੈ ਉਹ ਵੀ ਜਾਣਕਾਰੀ ਦਿੰਦੀ ਨਜ਼ਰ ਆ ਗਈ ਲੇਕਿਨ ਤੁਹਾਨੂੰ ਫਿਲਹਾਲ ਗੇਟ ਦੇ ਹਾਲਾਤ ਵਿਖਾਦੇ ਨੇ ਆ ਕਿ ਹਾਲਾਂਕਿ ਜਦੋਂ ਇਨਕਮ ਟੈਕਸ ਦੀ ਟੀਮਾਂ ਐਂਟਰ ਹੋਈਆਂ ਸੀ ਉਸ ਸਮਾਂ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਉਹ ਇਸ ਫਲੈਟ ਦੇ ਵਿੱਚ ਜਾਣਾ ਚਾਹੁੰਦੇ ਨੇ ਉਸ ਤੋਂ ਬਾਅਦ ਉਹਨਾਂ ਨੇ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਰੇਡ ਸ਼ੁਰੂ ਕਰਤੀ ਲੇਕਿਨ ਉਸ ਤੋਂ ਬਾਅਦ ਹੁਣ ਮੀਡੀਆ ਨੂੰ ਦੂਰ ਰੱਖਿਆ ਗਿਆ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤੁਹਾਨੂੰ ਸ਼ਾਰਟਸ ਜ਼ਰੂਰ ਦਿਖਾ ਰਹੇ ਆ ਤੁਹਾਨੂੰ ਵੀਡੀਓ ਜ਼ਰੂਰ ਵਿਖਾ ਰਹੇ ਆ ਕਿ ਇੱਥੇ ਕਿਸ ਤਰ੍ਹਾਂ ਦੀ ਤਸਵੀਰਾਂ ਜੜੀਆਂ ਨੇ ਵੇਖਣ ਨੂੰ ਮਿਲ ਰਹੀਆਂ ਨੇ ਹਾਲਾਂਕਿ ਜਦੋਂ ਰੇਡ ਮੁਕੰਮਲ ਹੋਏਗੀ ਤਾਂ ਵੇਖਣ ਵਾਲੀ ਗੱਲ ਰਹੇਗੀ ਕਿ ਕੁਝ ਇਸ ਰੇਡ ਦੇ ਵਿੱਚ ਨਿਕਲ ਕੇ ਸਾਹਮਣੇ ਆਂਦੇ ਔਰ ਇਸ ਰੇਡ ਬਾਰੇ ਇਨਕਮ ਟੈਕਸ ਦੇ ਅਧਿਕਾਰੀ ਕੀ ਕੁਝ ਕਹਿੰਦੇ ਨਜ਼ਰ ਆਂਦੇ ਨੇ ਔਰ ਰੇਡ ਖਤਮ ਹੋਣ ਤੋਂ ਬਾਅਦ ਕਵਰ ਗਰੇਵਾਲ ਦਾ ਕੀ ਕੁਝ ਕਹਿਣਾ ਹੋਏਗਾ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਡੈਨਿਕ ਸਵੇਰਾ ਟੀਵੀ ਮੋਹਾਲੀ